ਰੇਤ ਦੇ ਬਾਰੇ ਬਹੁਤ ਕੁਝ ਲਿਖਿਆ ਜਾਂਦਾ ਹੈ ਗੁਰਬਾਣੀ ਦੇ ਵਿੱਚ ਬਾਲੂ ਕੀ ਪੀਤ ਲਿਖਿਆ ਗਿਆ ਰੇਤ ਦੀ ਕੰਧ ਰੇਤ ਨੂੰ ਐਵੇਂ ਵੀ ਸਮਝਾਇਆ ਜਾਂਦਾ ਰੇਤ ਦੇ ਆਪਣੇ ਗੁਣ ਵੀ ਨੇ ਜੋ ਰੇਤਾ ਪੰਜਾਬ ਤੇ ਜਿਸ ਦਾ ਮੁਫਤ ਦਾ ਹੱਕ ਸੀ ਉਹ ਪੰਜਾਬੀਆਂ ਨੂੰ ਇਸ ਭਾਗ ਮਿਲਣ ਲੱਗ ਪਈ ਕਿ ਕਾਸਟ ਆਫ ਕੰਸਟਰਕਸ਼ਨ ਜਿਹੜਾ ਸੀ ਉਹ ਸਾਰੇ ਦੀ ਕੀਮਤ ਅਸਮਾਨ ਛੋੜ ਲੱਗ ਪਈ ਤੇ ਇੱਕ ਮੁੱਦਾ ਜਿਹੜਾ ਮੇਨ ਹੈ ਜਿਹੜਾ ਪੰਜਾਬ ਦੇ ਵਿੱਚ ਮਾਫੀਆ ਰੇਤ ਮਾਫੀਆ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਮਾਫੀਆ ਸਰ ਗਰਮ ਰਹਿੰਦੇ ਨੇ ਪਰ ਮਾਈਨਿੰਗ ਤੇ ਰੇਤ ਮਾਫੀਆ ਜਿਹੜਾ ਇਹ ਕਾਫੀ ਜ਼ਿਆਦਾ ਪਖਿਆ ਹੋਇਆ ਮੁੱਦਾ ਹੈ ਤੇ ਇਹਦੇ ਬਾਰੇ ਹਮੇਸ਼ਾ ਜਿਹੜੀ ਸਰਕਾਰ ਆਂਦੀ ਹੈ ਉਹਨੂੰ ਹੀ ਘੇਰਿਆ ਜਾਂਦਾ ਪਰ ਹੁੰਦਾ ਕੁਝ ਨਹੀਂ ਕੀ ਕਹਿਣਾ ਚਾਹੋਗੇ ਰੇਤ ਦੇ ਬਾਰੇ ਬਹੁਤ ਕੁਝ ਲਿਖਿਆ ਜਾਂਦਾ ਹੈ ਜੀ ਗੁਰਬਾਣੀ ਦੇ ਵਿੱਚ ਬਾਲੂ ਕੀ ਭੀਤ ਲਿਖਿਆ ਗਿਆ ਰੇਤ ਦੀ ਕੰਧ ਹੂੰ ਰੇਤ ਨੂੰ ਐਵੇਂ ਵੀ ਸਮਝਿਆ ਜਾਂਦਾ ਹੂੰ ਰੇਤ ਦੇ ਆਪਣੇ ਗੁਣ ਵੀ ਨੇ ਬਿਲਕੁਲ ਇੱਕ ਮਧਕਲੀਨ ਪੰਜਾਬੀ ਸ਼ਾਇਰ ਜਿਹੜੇ ਨੇ ਉਹ ਕੁਝ ਇਸ ਤਰ੍ਹਾਂ ਬਿਆਨ ਕਰਦੇ ਨੇ ਰੇਤ ਵਜੂਦ ਤੇਰੇ ਵਿੱਚ ਸੋਨਾ ਜੀ ਤੈਨੂੰ ਖਬਰ ਨਾ ਆਵੇ ਹੰਝੂਆਂ ਦਾ ਪਾਣੀ ਘੱਟ ਧੋਵੇਂ ਤੇ ਰੇਤ ਮਿੱਟੀ ਰੁੜ ਜਾਵੇ ਜੀ ਮਤਲਬ ਰੇਤ ਮਿੱਟੀ ਰੁੜ ਜਾਵੇ ਤੇ ਰੇਤ ਦੇ ਵਿੱਚ ਜਿਹੜੇ ਮਿਨਰਲਸ ਹੁੰਦੇ ਨੇ ਪਿੱਛੇ ਨਿਰਾ ਸੋਨਾ ਰਹਿ ਜਾਂਦਾ ਬਿਲਕੁਲ ਰੇਤ ਦੇ ਵਿੱਚ ਗੁਣ ਨੇ ਉਹ ਸਾਰੀ ਦੇ ਵਿੱਚ ਵਰਤੀ ਜਾਣ ਵਾਲੀ ਇੱਕ ਅਹਿਮ ਚੀਜ਼ ਹੈ ਜਿਸ ਤਰ੍ਹਾਂ ਦੀ ਸਟਰਕਚਰ ਅਸੀਂ ਆਜ਼ਾਦੀ ਤੋਂ ਬਾਅਦ ਇੱਥੇ ਕਾਇਮ ਕਰਨੀਆਂ ਸ਼ੁਰੂ ਕੀਤੀਆਂ ਨੇ ਸਿਮੈਂਟਡ ਜੀ ਉਹਦੇ ਵਿੱਚ ਰੇਤ ਤੋਂ ਬਿਨਾ ਤਾਂ ਕੰਮ ਚੱਲ ਹੀ ਨਹੀਂ ਸਕਦਾ ਹੂੰ ਫਿਰ ਭਰਤੀ ਲਈ ਵੀ ਮਿੱਟੀ ਚਾਹੀਦੀ ਆ ਬਿਲਕੁਲ ਮਾਈਨਿੰਗ 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 ਅਸੀਂ ਤਾਂ ਜੋ ਪੜਿਆ ਸੀ ਛੋਟੇ ਹੁੰਦਿਆਂ ਨੇ ਕਿਤਾਬਾਂ ਵਿੱਚ ਜੀ ਕਿ ਮਾਈਨਿੰਗ ਕਰਕੇ ਕੋਲਾ ਕੱਢਿਆ ਜਾਂਦਾ ਹੀਰੇ ਕੱਢੇ ਜਾਂਦੇ ਨੇ ਸੋਨਾ ਕੱਢਿਆ ਜਾਂਦਾ ਜੀ ਤੇ ਸਾਡੇ ਆਗੂਆਂ ਨੇ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਨੇ ਕਿਹਾ ਸੋਨਾ ਤੇ ਉੱਪਰ ਹੀ ਪਿਆ ਹੋਇਆ ਇਹਨੂੰ ਸੰਭਾਲਣ ਦਾ ਯਤਨ ਕਰੀਏ ਜੀ ਸੋਨਾ ਸਾਭਣਾ ਸ਼ੁਰੂ ਕਰ ਦਿੱਤਾ ਜੀ ਜੋ ਰੇਤਾ ਪੰਜਾਬ ਤੇ ਜਿਸ ਦਾ ਮੁਫਦਾ ਹੱਕ ਸੀ ਉਹ ਪੰਜਾਬੀਆਂ ਨੂੰ ਇਸ ਭਾਗ ਮਿਲਣ ਲੱਗ ਪਈ ਕਿ ਕਾਸਟ ਆਫ ਕੰਸਟਰਕਸ਼ਨ ਜਿਹੜਾ ਸੀ ਉਹ ਸਾਰੇ ਦੀ ਕੀਮਤ ਅਸਮਾਨ ਛੋਣ ਲੱਗ ਪਈ ਬਿਲਕੁਲ ਨਿਤ ਪਰਚੇ ਲੜਾਈਆਂ ਹਿਰਾਫੇਰੀਆਂ ਤੇ ਨਾਲ ਮਾਫੀਆ ਕਾਇਮ ਹੋ ਗਿਆ ਬਿਲਕੁਲ ਇਸ ਤਰ੍ਹਾਂ ਦਾ ਮਾਫੀਆ ਹਰਪ੍ਰੀਤ ਜੀ ਪੇ ਜੇ ਕੋਈ ਇਸ ਤਰ੍ਹਾਂ ਦੀਆਂ ਖੱਡਾਂ ਵੀ ਰੇਤੀਆਂ ਦੇਖੀਆਂ ਗਈਆਂ ਕਿ ਅਫੀਸਰ ਜੇ ਕੋਈ ਉੱਥੇ ਜਾਂਦੇ ਸੀ ਹੂੰ ਤੇ ਅਫਸਰਾਂ ਨੂੰ ਜੇ ਗੱਡੀ ਲੈ ਕੇ ਚੈਕਿੰਗ ਕਰਨ ਜਾਂਦੇ ਸੀ ਤੇ ਮਾਫੀਆ ਵਾਲੇ ਉਲਟਾ ਉਹਨਾਂ ਨੂੰ ਘੇਰ ਲੈਂਦੇ ਸੀ ਬਿਲਕੁਲ ਯੂਪੀ ਵਿੱਚ ਅਕਸਰ ਇਹ ਹੁੰਦਾ ਹ ਹ ਤੇ ਨਿਕਲਣ ਨੂੰ ਅਫਸਰਾਂ ਨੂੰ ਰਾਹ ਨਹੀਂ ਲੱਭਦਾ ਜੀ ਤੇ ਸੁਖਵੀਰ ਬਾਦਲ ਖੱਡਾਂ ਤੇ ਛਾਪੇ ਮਾਰਨ ਲੱਗ ਪਏ ਬਿਲਕੁਲ ਜੇ ਕਹ ਜਹੀ ਖੱਡ ਤੇ ਜਾ ਛਾਪਾ ਮਾਰਿਆ ਜਿਹੜੀ ਲੀਗਲ ਸਾਈਟ ਸੀ ਜੀ ਪਰ ਉਹ ਲੀਗਲ ਸਾਈਟ ਕਿਸ ਦੀ ਨਿਕਲੀ ਉਹ ਐਮਐਲਏ ਸਾਬ ਵੀ ਮੁੜ ਕੇ ਬੋਲੇ ਨਹੀਂ ਜੀ ਸੋ ਰੇਤ ਇੱਕ ਵੱਡੀ ਚੀਜ਼ ਹੈ ਹਮ ਇਸ ਗੱਲ ਨੂੰ ਸਮਝਣਾ ਚਾਹੀਦਾ ਤੇ ਨਵਜੋਤ ਸਿੰਘ ਕੀ ਕਹਿੰਦੇ ਰਹੇ ਨੇ ਉਹਨਾਂ ਨੇ ਇੱਕ ਬਲੂਪ੍ਰਿੰਟ ਤਿਆਰ ਕਰਕੇ ਦਿੱਤਾ ਸੀ ਹਮ ਕਿ ਰੇਤ ਤੋਂ ਭਜੀਏ ਨਾ ਰੇਤ ਅਸੀਂ ਪ੍ਰਾਈਵੇਟ ठेकेदारों ਨੂੰ ਖੱਡਣਾ ਨਿਲਾਮ ਨਾ ਕਰੀਏ ਜੀ ਰੇਤ ਨੂੰ ਸਰਕਾਰ ਆਪ ਵਿੱਚੇ ਸਸਤੀ ਵੀ ਦੇਵੇ ਸਰਕਾਰ ਦੇ ਖਾਤੇ 'ਚ ਵੀ ਪੈਸਾ ਆਵੇ ਵਿਚੋਲੀਏ ਤਾਂ ਕੱਢੀਏ ਵਿੱਚੋਂ ਉਹ ਮਹਿੰਗੀ ਵੀ ਦੇ ਰਹੇ ਨੇ ਬਦਮਾਸ਼ੀ ਵੀ ਕਰ ਰਹੇ ਨੇ ਤੇ ਸਰਕਾਰ ਦੇ ਪੱਲੇ ਵੀ ਕੁਝ ਨਹੀਂ ਪੈ ਰਿਹਾ ਇਸ ਗੱਲ ਪ੍ਰਤੀ ਧਿਆਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਹੁਤਾ ਨਹੀਂ ਦਿੱਤਾ ਬਲਕਿ ਦਿੱਤਾ ਹੀ ਨਹੀਂ ਦਿੱਤਾ ਹੀ ਨਹੀਂ ਤੇ ਜਿਸ ਤਰ੍ਹਾਂ ਦੇ ਇਲਜ਼ਾਮ ਬਾਦਲ ਸਰਕਾਰ ਤੇ ਲੱਗਦੇ ਰਹੇ ਸੀ ਸੈਂਡ ਮਾਫੀਆ ਤੇ ਰੇਤ ਮਾਫੀਆ ਨੂੰ ਲੈ ਕੇ ਜੀ ਉਸ ਤੋਂ ਗੰਭੀਰ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਲੱਗਦੇ ਰਹੇ ਕਿ ਇਹਨਾਂ ਨੇ ਕੰਟਰੋਲ ਨਹੀਂ ਕੀਤਾ ਬਲਕਿ ਇਹਨਾਂ ਦੇ ਕੁਝ ਲੋਕ ਇਸ ਵਿੱਚ ਸ਼ਾਮਲ ਦੱਸੇ ਗਏ ਹੁਣ ਨਾਮ ਨਹੀਂ ਅਸੀਂ ਲੈਂਦੇ ਜੀ ਪਰ ਰੇਤ ਦੇ ਬਾਰੇ ਚੰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਕਹਿ ਦਿੱਤਾ ਹੈ ਇਹ ਵੀ ਨੋਟੀਫਿਕੇਸ਼ਨ ਜਿਹੜਾ ਹੈ 2 ਅਕਤੂਬਰ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ ਕਿ ਰੇਤ ਜਿਸ ਤੇ ਖੇਤ ਵਿੱਚ ਹੈ ਉਹ ਉੱਥੋਂ ਚੱਕਵਾ ਸਕਦਾ ਹੈ ਵਰਤ ਸਕਦਾ ਹੈ ਤੇ ਸਸਤੇ ਭਾਅ ਤੇ ਵੇਚ ਵੀ ਸਕਦਾ ਜੀ ਸਿੱਧਾ ਜਿਹਾ ਸਵਾਲ ਸਮਝਣ ਦੀ ਲੋੜ ਹੈ ਜੀ ਜਦੋਂ ਇੰਨੇ ਵੱਡੇ ਮਾਫੀਆ ਦੇ ਹੱਥੋਂ ਨਿਕਲ ਕੇ ਕੰਮ ਜਿਹੜਾ ਹੈ ਇੱਕ ਥੋੜੇ ਜਿਹਾ ਆਮ ਲੋਕਾਂ ਦੇ ਵਿੱਚ ਹੋ ਜਾਵੇਗਾ ਤੇ ਫਿਰ ਉਸ ਦੀ ਕੀਮਤ ਇੰਨੀ ਜ਼ਿਆਦਾ ਰਹਿਣੀ ਨਹੀਂ ਬਿਲਕੁਲ ਜਿਹੜਾ ਜਿੱਥੋਂ ਮਰਜ਼ੀ ਚੁੱਕੇ ਉਸ ਉਸ ਨਾਲ ਤੇ ਸਾਰੀ ਮਾਰਕੀਟ ਓਪਨ ਹੋ ਜਾਂਦੀ ਹੈ ਜੀ ਬਿਲਕੁਲ ਤੇ ਰੇਟ ਤਾਂ ਇਸ ਕਰਕੇ ਜ਼ਿਆਦਾ ਸੀ ਕਿ ਹਿੱਸੇਦਾਨੀਆਂ ਉਸ ਵਿੱਚ ਬਹੁਤ ਸੀ ਤੇ ਹੁਣ ਸਰਕਾਰ ਨੇ ਇਹ ਖੋਲਣ ਦਾ ਫੈਸਲਾ ਕੀਤਾ ਸੋ ਰੇਟ ਬਾਰੇ ਇਹ ਵੱਡੀ ਖਬਰ ਹੈ ਕੋਈ ਵੀ ਚੁੱਕਵਾ ਸਕੇਗਾ ਬਾਜ਼ਵ ਕੀਮਤ ਤੇ ਵੇਚ ਸਕੇਗਾ ਤੇ ਵਰਤ ਸਕੇਗਾ ਪਰ ਇਸ ਦੇ ਵਿੱਚ ਇੱਕ कुंठੀ ਹੈ ਜੀ ਉਹ कुंठੀ ਕਾਨੂੰਨ ਦੇ ਵਿੱਚ ਨਹੀਂ ਹੈ ਉਹ ਸਾਡਾ ਜਿਹੜਾ ਫਿਊਚਰਿਸਟਿਕ ਪਲਾਨ ਹੈ ਭਵਿੱਖ ਦੀਆਂ ਜਿਹੜੀਆਂ ਸਾਡੀਆਂ ਕੋਈ ਗੱਲਾਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਨੇ 1988 ਦੇ ਵਿੱਚ ਤੇ ਪਿਛਲੇ ਤੋਂ ਪਿਛਲੇ ਸਾਲ ਵੀ ਹੜਾਂ ਦਾ ਸੰਤਾਪ ਭੋਗਿਆ ਕੁਝ ਖੇਤਰਾਂ ਦੇ ਵਿੱਚ ਜੀ ਇਲੀਗਲ ਮਾਈਨਿੰਗ ਪਹਾੜਾਂ ਦੇ ਵਿੱਚ ਵੀ ਹੁੰਦੀ ਹੈ ਹਮ ਤੇ ਉਸ ਮਾਈਨਿੰਗ ਦਾ ਨਤੀਜਾ ਹੈ ਕਿ ਹਰ ਸਾਲ ਪਹਾੜ ਖਿਸਕਦੇ ਨੇ ਖੈਰ ਕੁਦਰਤੀ ਹੈ ਕੁਦਰਤੀ ਪ੍ਰਕੋਪੀ ਕਿਤੇ ਵੀ ਹੋ ਸਕਦੀ ਹੈ ਪਰ ਇਸ ਨੂੰ ਮੈਂ ਇਹਦੇ ਨਾਲ ਜੋੜ ਕੇ ਵੀ ਮਾਹਰ ਵੇਖਦੇ ਨੇ ਬਿਲਕੁਲ ਕਿ ਆਣ ਅਧਿਕਾਰਤ ਤੌਰ ਤੇ ਕਿਤੇ ਮਿੱਟੀ ਕੱਢੀ ਜਾਣੀ ਇਸ ਥਾਂ ਤੋਂ ਚੁੱਕ ਕੇ ਦੂਸਰੇ ਤੇ ਪਾਈ ਜਾਣੀ ਲੈ ਕੇ ਜਾਣੀ ਇਹ ਗੱਲਾਂ ਚੰਗੀਆਂ ਨਹੀਂ ਜੀ ਇੰਨੇ ਹਾਈਵੇਜ਼ ਬਣਦੇ ਨੇ ਸਾਰੇ ਮਿੱਟੀ ਨਾਲ ਭਰੇ ਜਾਂਦੇ ਨੇ ਕਿਥੋਂ ਤੇ ਮਿੱਟੀ ਆਉਣੀ ਹੈ ਤੇ ਉਹ ਜਿੱਥੋਂ ਆ ਰਹੀ ਹੈ ਉਹ ਸਰਕਾਰਾਂ ਨੂੰ ਸਰਵੇਅਰ ਤੇ ਜਿਹੜੇ ਸਾਡੇ ਮਾਲ ਮਹਿਕਮਾ ਤੇ ਹੋਰ ਨਾਲ ਸਾਰਿਆਂ ਨਾਲ ਇਸ ਗੱਲ ਨੂੰ ਤੈਅ ਕਰਨਾ ਪਏਗਾ ਜੀ ਕਿ ਭਾਈ ਇਸ ਜਗ੍ਹਾ ਤੋਂ ਅਧਿਕਾਰਤ ਸਾਈਟਾਂ ਜਿਹੜੀਆਂ ਨੇ ਉੱਥੋਂ ਹੀ ਚੁੱਕੀ ਜਾਵੇ ਬਿਲਕੁਲ ਜੇ ਕਿਸਾਨ ਨੇ ਵੀ ਜਾਂ ਖੇਤ ਮਾਲਕ ਨੇ ਵੀ ਆਪਣੇ ਖੇਤ ਵਿੱਚੋਂ ਵੀ ਚੁੱਕੀ ਜਾਣੀ ਤਾਂ ਉਸ ਦੀ ਵੀ ਹੱਦ ਹੋਣੀ ਚਾਹੀਦੀ ਹੈ ਜੀ ਕਿ ਇੰਨੇ ਫੁੱਟ ਤੱਕ ਇਸ ਹੱਦ ਤੱਕ ਕੋਈ ਰੇਤਾ ਜਾਂ ਮਿੱਟੀ ਚੁੱਕ ਸਕਦਾ ਹੋਵੇ ਬਿਲਕੁਲ ਨਹੀਂ ਤੇ ਪੰਜਾਬ ਵਿੱਚ ਅਣਅਧਿਕਾਰਤ ਤੌਰ ਤੇ ਇੰਨੀ ਮਿੱਟੀ ਤੇ ਰੇਤਾ ਚੁੱਕ ਲਈ ਜਾਵੇਗੀ ਕਿ ਸਾਨੂੰ ਦਾਦਾ ਵੀ ਨਹੀਂ ਲੱਗਣਾ ਜਦੋਂ ਸਾਡਾ ਨੁਕਸਾਨ ਹੋਣ ਲਗਾ ਕਿ ਆਹ ਕੀ ਹੋ ਗਿਆ